ਔਰ ਦੇਖੋ ਮਿੱਤਰੋ ਬਈ ਲੋਕ ਬਹੁਤ ਜ਼ਿਆਦਾ ਵੱਡਾ ਫਾਇਦਾ ਲੈ ਰਹੇ ਆ। ਦੇਖੋ ਲੋਕ ਘੱਟੋ ਘੱਟ 5-5 ਹਜ਼ਾਰ ਦੇ ਕੂਲਰ ਆਪਦੇ ਘਰੋਂ ਚੁਕਵਾ ਰਹੇ, ਜਮਾਂ ਕਵਾੜ ਕੂਲਰ, ਪੁਰਾਣੇ ਕੂਲਰ ਨਾ। ਬਾਕੀ ਬਾਈ ਨਾਲ ਗੱਲਬਾਤ ਕਰਾਉਣਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਕਟਵਾ ਸਕਦੇ ਹੋ। ਆਹ ਦੇਖੋ ਲੋਕ ਦੇਖ ਸਕਦੇ ਹੋ, ਉੱਧਰਲੇ ਪਾਸੇ ਪੇਟੀ ਕਟਵਾਈ ਆ ਕਿਸੇ ਨੇ, ਇੱਧਰਲੇ ਪਾਸੇ ਗੱਡੀਆਂ ਭਰ ਭਰ ਆ ਰਹੀਆਂ ਦੇਖ ਸਕਦੇ ਹੋ ਤੁਸੀਂ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੈ ਜੀ? ਵਧੀਆ ਜੀ, ਵਧੀਆ। ਕਿਹੜਾ ਕਿਹੜਾ ਸਮਾਨ ਕੱਟ ਲੈਂਦੇ ਜੀ? ਆਪਾਂ ਬੈੱਡ ਵੀ ਕੱਟ ਲੈਂਦੇ ਹਾਂ ਜੀ, ਬਾਕਸ ਬੈੱਡ 5 ਹਜ਼ਾਰ ਦੇ ਕੱਟ ਲੈਂਦੇ ਨਵੇਂ, ਬਾਕਸ ਬੈੱਡਾਂ 'ਚ ਸਿੰਪਲ ਬੈੱਡ 3 ਹਜ਼ਾਰ ਦੇ ਕੱਟਦੇ ਹਾਂ। 3 ਹਜ਼ਾਰ ਆਹ ਲੋਕਾਂ ਦੇ ਘਰਾਂ 'ਚ ਵੀ ਆ ਰਿਹਾ ਸਮਾਨ? ਹਾਂ ਜੀ ਹਾਂ, ਇਹ ਕੂਲਰ ਆਪਾਂ ਅੱਧ ਦੇ ਵਿੱਚ ਸਕੀਮ ਹੈ। ਆਹ ਕੂਲਰ ਕਿੰਨੇ ਦਾ ਕੱਟੇ ਜੀ? ਆ ਜਿਵੇਂ ਇਹ ਆ, ਇਹ ਆਪਾਂ 7 ਹਜ਼ਾਰ ਦਾ, 6 ਹਜ਼ਾਰ ਦਾ, 8 ਹਜ਼ਾਰ ਦਾ, ਜਿਹੜੇ ਕੂਲਰ ਆ। ਹਾਂ ਜੀ, ਵੱਡਾ ਨਵਾਂ ਕੂਲਰ ਆ। ਹਾਂ ਜੀ, ਜਿਵੇਂ ਅੱਧ 'ਚ ਕੱਟਦੇ ਹਾਂ। ਠੀਕ ਹੈ ਜੀ। ਹੋਰ ਕਿਹੜਾ ਕਿਹੜਾ ਸਮਾਨ ਆ? ਜਿਵੇਂ ਇੱਧਰਲੇ ਪਾਸੇ ਕੂਲਰ ਪਿਆ ਜੀ, ਇਹ ਜਿਵੇਂ ਕੱਟੇ ਹੋਏ ਆ ਸਾਰੇ, ਹੈ ਨਾ? ਇਹ ਕੱਟੇ ਹੋਏ ਜੀ। ਲਓ ਜੀ ਆਹ ਬਈ ਕੱਟਿਆ ਦੇਖ ਸਕਦਾ ਸਮਾਨ। ਆਹ ਜਿਵੇਂ ਆਹ ਇਹ ਆ ਕੈਬਨ, ਕਈਆਂ ਦੇ ਘਰੇ ਪਿਆ ਹੁੰਦਾ, ਇਹ ਕਿੰਨੇ ਦਾ ਕੱਟਿਆ? ਇਹ ਵੀ ਕੱਟਦੇ ਹਾਂ ਜੀ ਆਪਾਂ। ਅੱਛਾ, ਹਾਂ ਇਹ ਪ੍ਰੈਸ ਟੇਬਲ 'ਚ ਕਟਵਾ ਦਿਓ। ਓਕੇ, ਹਾਂਜੀ, ਇਹ ਅਲਮਾਰੀ 'ਚ ਕਟਵਾ ਦਿਓ। ਓਕੇ ਬਾਈ, ਦੇਖ ਸਕਦੇ ਉਹ ਸੰਦੂਕ ਵੀ ਕੱਟਦੇ ਆ ਫਿਰ ਉਹ ਸੰਦੂਕ ਦੇਖੋ ਬਾਈ, ਆਪਣੇ ਘਰਾਂ ਦੇ ਵਿੱਚ ਪੁਰਾਣੇ ਸੰਦੂਕ ਪਏ ਹੁੰਦੇ ਆ, ਇਹ ਵੀ ਕੱਟਿਆ ਜਾਂਦਾ ਜੀ? ਇਹ ਵੀ ਕੱਟਿਆ। ਇਹਦਾ ਕੀ ਮੁੱਲ ਮਿਲ ਜਾਂਦਾ? ਇਹ ਅਲਮਾਰੀ ਦੇ ਵਿੱਚ ਕੱਟ ਲੈਣਾ ਜੀ, ਇਹ ਅਲਮਾਰੀ ਦੇ ਵਿੱਚ। ਹਾਂਜੀ ਹਾਂ, ਜਿੰਨੇ ਦੀ ਅਲਮਾਰੀ ਉਸ ਹਿਸਾਬ ਨਾਲ ਐਡਜਸਟ, ਉਸ ਹਿਸਾਬ ਨਾਲ ਐਡਜਸਟਮੈਂਟ ਹੁੰਦਾ ਜੀ। ਲਓ ਜੀ, ਜਿੰਨੇ ਵਾਲੀ ਅਲਮਾਰੀ ਦੇਖ ਸਕਦੇ ਹੋ ਮਿੱਤਰੋ ਤੁਸੀਂ, ਕਿਹੜੀ ਕਿਹੜੀ ਚੀਜ਼ ਜਿਹੜੀ ਇੱਥੇ ਨਹੀਂ ਕੱਟੀ ਗਈ, ਹੈ ਨਾ? ਹਰੇਕ ਚੀਜ਼ ਅਲਮਾਰੀ ਵੀ ਕੱਟਦੇ ਹਾਂ ਵੀਰੇ ਆਪਾਂ। ਅੱਛਾ, ਹਾਂਜੀ, ਇਹ ਅਲਮਾਰੀ ਦੇ ਵਿੱਚ ਨਵੀਂ ਅਲਮਾਰੀ ਦੇ ਵਿੱਚ ਇਹ 5 ਹਜ਼ਾਰ ਦੀ ਕੱਟ ਲੈਂਦੇ ਆਪਾਂ। ਨਵੀਂ ਅਲਮਾਰੀ ਦੇ ਵਿੱਚ ਬਈ 2 ਪੱਲਿਆਂ ਵਾਲੀ ਅਲਮਾਰੀ 5 ਹਜ਼ਾਰ ਦੀ ਕੱਟ ਨਹੀਂ, ਇਹ ਜੀ ਅਲਮਾਰੀ ਦੀ ਕੋਈ ਵੀ ਸਿਚੁਏਸ਼ਨ ਕਿਹੋ ਜਿਹੀ ਮਰਜ਼ੀ ਹੋਵੇ, ਜਿਹੋ ਜਿਹੀ ਮਰਜ਼ੀ ਹੋਵੇ ਵੀ, ਜਿਵੇਂ ਆ ਤਾਂ ਥੋੜੀ ਵਧੀਆ ਪਈ ਆ, ਵਧੀਆ ਚਾਹੇ ਤੂੰ ਘਟਿਆ ਵੀ ਕੁਆਲਿਟੀ ਹੋਵੇ, ਚਾਹੇ ਮੰਨ ਕੇ ਚਲੋ ਗਲੀ ਪਈ ਹੋਵੇ, ਗਲੀ ਹੋਵੇ, ਕੁਛ ਨਹੀਂ ਹੁੰਦਾ। ਮੰਨ ਕੇ ਚਲੋ 5 ਹਜ਼ਾਰ ਦੀ ਕੱਟੀ ਜਾਓ ਬਈ, ਜੇ ਤੁਸੀਂ ਨਵੀਂ ਅਲਮਾਰੀ ਲੈਣੀ ਹੋ, ਚਾਹੇ ਗਲੀ ਹੋਈ ਅਲਮਾਰੀ, ਇਹਨਾਂ ਨੂੰ ਲਿਆ ਕੇ ਫੜਾ ਦਿਓ, ਤੁਹਾਨੂੰ 5 ਹਜ਼ਾਰ ਰੁਪਈਆ ਉਹਦਾ ਮਿਲ ਜਾਣਾ। ਹਾਂ, ਜਿਹੜੇ ਵੱਡੇ ਹੁੰਦੇ ਆ 3 ਪੱਲਿਆਂ ਵਾਲੀ, ਉਹ ਆਪਾਂ 6 ਹਜ਼ਾਰ ਦੀ ਕੱਢਦੇ ਹਾਂ। ਉਹ 6 ਹਜ਼ਾਰ ਦੀ ਕੱਢਦੇ ਹਾਂ, ਇਹ ਵਿੱਚ ਹੀ ਕਟਵਾਉਣੀ ਪੈਂਦੀ ਹੈ ਨਾ? ਵਿੱਚ ਹਾਂ, ਅਲਮਾਰੀ ਦੇ ਵਿੱਚ ਹੀ ਅਲਮਾਰੀ। ਜੀ ਜੀ, ਹੋਰ ਦੇਖੋ ਉਧਰਲੇ ਪਾਸੇ ਸੋਫੇ ਵਗੈਰਾ ਪਏ ਆ ਜੋ ਦਿਖਾਉਣੇ ਆ। ਜੀ ਬਾਈ, ਅੱਛਾ ਆਹ ਪੇਟੀ ਲਿਆਂਦੀ ਕੱਟ ਗਏ ਆ ਬਾਈ? ਹਾਂ, ਇਹ ਪੇਟੀ ਲਿਆਂਦੀ ਬਾਈ। ਠੀਕ ਹੈ, ਇਹ ਨਵੀਂ ਪੇਟੀ ਦੇ ਵਿੱਚ ਕੱਟਦੇ ਆ ਆਪਾਂ। ਇਹ ਨਵੀਂ ਪੇਟੀ ਦੇ ਵਿੱਚ ਕੱਟੀ ਜਾਂਦੀ? ਹਾਂਜੀ ਹਾਂਜੀ, ਠੀਕ ਹੈ ਬਾਈ। ਆਹ ਦੇਖੋ ਇਧਰਲੇ ਪਾਸੇ ਨਵੀਂ ਪੇਟੀ ਦੇ ਵਿੱਚ ਤੁਸੀਂ ਇਹਨੂੰ ਕਟਵਾ ਸਕਦੇ ਹੋ ਬਾਈ। ਆ ਦੇਖੋ ਲੈ ਕੇ ਆ, ਕੰਡੀਸ਼ਨ ਇਦੋਂ ਵੀ ਡਾਊਨ ਹੋਵੇ ਤਾਂ ਵੀ ਕੱਟ ਲਾਂਗੇ ਵੀਰੇ। ਜੀ ਜੀ, ਠੀਕ ਆ ਬਾਈ, ਠੀਕ ਆ। ਟੁੱਟੀ ਭੱਜੀ ਆ ਯਾਰ, ਆ ਬੈੱਡ ਫਿਰ ਬਾਈ ਪਏ ਆ ਕਿਵੇਂ? ਹਾਂ, ਇਹ ਵੀਰੇ 5 ਹਜ਼ਾਰ ਦੇ ਕੱਟੇ ਆ, ਬੈੱਡ ਵੀ 5 ਹਜ਼ਾਰ ਦੇ। 5 ਹਜ਼ਾਰ ਦੇ ਕਮਾਲ ਕਰੀ ਜਾਂਦੇ ਯਾਰ, ਬੈੱਡ 5 ਹਜ਼ਾਰ ਦੇ ਬਾਈ। ਦੇਖ ਸਕਦੇ ਤੁਸੀਂ ਇਹਨੇ ਸਿਚੁਏਸ਼ਨ ਦੇਖੋ, ਬਿੱਡਾਂ ਦੀ ਘੱਟੋ ਘੱਟ ਲਗਭਗ ਖਰਾਬ ਹੀ ਹੋਏ ਪਏ ਆ ਨਾ ਜੀ। 5 ਹਜ਼ਾਰ ਦੇ ਕੱਟੇ ਜਾਣੇ ਆ, ਉਧਰਲੇ ਪਾਸੇ ਸੋਫਾ ਸੂਫਾ ਦਿਖਾ ਜੀ ਫਿਰ। ਹਾਂ ਜੀ ਹਾਂ, ਸੋਫਿਆਂ ਤੋਂ ਬਿਨਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜੀ? ਜਿਵੇਂ ਆਹ ਅਲਮਾਰੀ ਆ ਗਈ ਇਧਰਲੇ ਪਾਸੇ, ਫਰਿੱਜ ਵੀ ਕੱਟਿਆ ਬਾਈ। ਇਹ ਫਰਿੱਜ ਕਿੰਨੇ ਦਾ ਕੱਟਿਆ ਜਾਂਦਾ ਜੀ? ਇਹ 5 ਹਜ਼ਾਰ ਦਾ ਕੱਟਿਆ ਵੀਰੇ ਆਪਾਂ ਨਵੇਂ ਫਰਿੱਜ ਦੇ ਵਿੱਚ। ਠੀਕ ਆ, ਹਾਂ 5, ਜੇ ਤੂੰ ਛੋਟਾ ਫਰਿੱਜ ਆ ਉਹ ਵੀ 5 ਹਜ਼ਾਰ ਦਾ, ਚਾਹੇ ਖੰਡਿਆ ਪਿਆ 5 ਹਜ਼ਾਰ ਦਾ ਕੱਟਦੇ ਆਪਾਂ ਨਵੇਂ ਬਾਈ। 5 ਹਜ਼ਾਰ ਦੀ ਆਹ ਫਰਿੱਜ, 5 ਹਜ਼ਾਰ ਦੀ ਕੱਟੀ ਹੋਈ, ਚਾਹੇ ਫਰਿੱਜ ਚੱਲਦੀ ਹੈ ਨਹੀਂ ਵੀ ਚੱਲਦੀ, 5 ਹਜ਼ਾਰ ਦੀ ਉਹ ਕੱਟੀ। ਹਾਂ, ਨਵੇਂ ਦੀ ਕੀਮਤ ਹੈ ਉਹ 'ਚੋਂ 5 ਹਜ਼ਾਰ ਲੈਸ ਹੋ ਜੂਗਾ, 5 ਹਜ਼ਾਰ ਦਾ ਪੁਰਾਣਾ ਕੱਟਿਆ ਜੂ। 5 ਹਜ਼ਾਰ ਦਾ ਪੁਰਾਣਾ ਕੱਟਿਆ ਜੂਗਾ, ਹੁਣ 5 ਹਜ਼ਾਰ ਦੀ ਕੱਟੀ ਹੋਈ ਹੈ ਜੀ। ਤੇ ਇਧਰਲੇ ਪਾਸੇ ਜਿਵੇਂ ਪੀੜਾ ਸੈੱਟ, ਸੋਫੇ ਪੀੜਾ ਸੈੱਟ ਆ ਗਏ ਵੀਰੇ। ਜੀ ਜੀ, ਇਹ ਆਪਾਂ 5 ਹਜ਼ਾਰ ਦਾ ਕੱਟਦੇ ਹਾਂ, ਇਹ ਵੀ 5 ਹਜ਼ਾਰ ਦਾ, ਇਹ ਵੀ 5 ਹਜ਼ਾਰ ਦਾ ਕੱਟ ਲਓ ਬਈ। ਜੇ ਤੁਸੀਂ ਬਈ ਆਮ ਮਾਰਕੀਟ ਦੇ ਵਿੱਚ ਇਹਦਾ ਰੇਟ ਲਵਾਉਣਾ ਹੋਵੇ 1000-1200-1300 ਬਸ 1000-1200 ਇੰਨੇ ਕੁ ਤੱਕ ਹੀ ਹੋ, ਇੱਥੇ ਤੁਹਾਡਾ 5 ਹਜ਼ਾਰ ਦਾ ਕੱਟਿਆ, 5 ਹਜ਼ਾਰ ਦਾ। ਬਹੁਤ ਵੱਡੇ ਆਫਰ ਆ ਬਈ, ਇਹੋ ਜਿਹੇ ਆਫਰ ਤੁਹਾਨੂੰ ਮੈਨੂੰ ਨਹੀਂ ਲੱਗਦਾ, ਪੂਰਾ ਪੰਜਾਬ ਛੱਡੋ, ਪੂਰੇ ਇੰਡੀਆ ਦੇ ਵਿੱਚ ਇਹੋ ਜਿਹੇ ਆਫਰ ਨਹੀਂ ਮਿਲਣੇ ਜਿਹੜੇ ਇਹ ਦੇ ਰਹੇ ਬੰਦੇ ਨਾ। ਬਾਕੀ ਕੂਲਰ ਦੇਖੋ ਇਧਰ ਵਾਸ਼ਿੰਗ ਮਸ਼ੀਨ ਵਿੱਚ, ਵਾਸ਼ਿੰਗ ਮਸ਼ੀਨ ਵੀ ਦੱਸ ਦਿਓ ਜੀ, ਕਈ ਵਾਰ ਪੁਰਾਣੀ ਅਗਲੇ ਨੇ ਕਟਾ ਕੇ ਨਵੀਂ ਲੈਣੀ ਹੁੰਦੀ ਆ। ਇਹ 5 ਹਜ਼ਾਰ ਦੀ ਕੱਟਦੇ ਆ ਵੀਰੇ ਆਪਾਂ। ਠੀਕ ਹੈ ਜੀ, ਹਾਂਜੀ, ਓਕੇ। ਜੇ ਕੰਡੀਸ਼ਨ ਇਦੋਂ ਵੀ ਖਰਾਬ ਹੋਵੇ, ਟੁੱਟੀ ਹੋਵੇ, ਭੱਜੀ ਹੋਵੇ, ਆ ਤਾਂ ਫਿਰ ਵੀ ਇਹ ਠੀਕ ਪਈ ਆ, ਇਹ ਤਾਂ ਫਿਰ ਵੀ ਠੀਕ ਪਈ ਆ, ਚਾਹੇ ਠੰਡੀ ਪਈ ਹੋਵੇ, ਮਤਲਬ ਕਹਿ ਲਓ 5 ਹਜ਼ਾਰ ਦੀ ਨਵੀਂ ਮਸ਼ੀਨ ਦੇ ਵਿੱਚ ਆਪਾਂ 5 ਹਜ਼ਾਰ ਦੀ ਕੱਟਾਂਗੇ। ਲਓ ਜੀ, ਹੋਰ ਬਾਈ ਕੋਈ ਵੀ ਮਰਜ਼ੀ ਚੀਜ਼ ਹੋਵੇ ਤੁਹਾਡੇ ਕੋਲ, ਕੋਈ ਪਈ ਆ ਪੁਰਾਣੀ, ਹੈ ਨਾ, ਕੋਈ ਫਰਨੀਚਰ ਦਾ ਸਮਾਨ ਪਿਆ, ਕੋਈ ਮਸ਼ੀਨਰੀ ਪਈ ਆ, ਕੋਈ ਪੱਖਾ ਪਿਆ, ਟੇਬਲ ਫੈਨ ਪਿਆ, ਕੋਈ ਕੂਲਰ ਪਿਆ, ਸਾਰਾ ਕੁਝ ਇਹਨਾਂ ਨੂੰ ਕਟਵਾ ਸਕਦੇ ਹੋ, ਸਾਰਾ ਕੁਝ ਨੰਬਰ ਉੱਤੇ ਚੱਲੀ ਜਾਂਦੇ ਆ। ਤੇ ਬਾਕੀ ਕੋਈ ਚੀਜ਼ ਲੈਣੀ ਪਊ ਨਾ, ਉਹਦੇ ਵਿੱਚ ਕੱਟੀ ਜਾਵੇ। ਹਾਂ, ਨਵੀਂ ਲੈਣੀ ਪਊ ਵੀਰੇ, ਉਹ 'ਚ ਕੱਟਾਂਗੇ। ਲਓ ਜੀ, ਠੀਕ ਆ, ਸ਼ੇਅਰ ਕਰ ਦਿਓ ਬਾਈ, ਧੰਨਵਾਦ।